ਭਾਰਤ ਵਿੱਚ ਕੌਮੀ ਪੱਧਰ ਤੇ ਇੱਕ ਸਰਵੇ ਹੋਇਆ ਹੈ ਉਸ ਸਰਵੇ ਨੇ ਪੰਜਾਬ ਪੁਲਿਸ ਦੇ ਚਿਹਰੇ ਤੋਂ ਪੜਦੇ ਚੁੱਕ ਦਿੱਤੇ ਨੇ ਸੱਤਰੀ ਕਾਲਜੀ ਦਾ ਖਾਲਸ ਟੀਵੀ ਦੀ ਖਾਸ ਰਿਪੋਰਟ ਦੇ ਵਿੱਚ ਸਭ ਦਾ ਸਵਾਗਤ ਹੈ ਮੈਂ ਹਰਸ਼ਰਨ ਕਾਲ ਖਾਸ ਰਿਪੋਰਟ ਦੇ ਵਿੱਚ ਗੱਲ ਕਰਾਂਗੇ ਪੰਜਾਬ ਪੁਲਿਸ ਦੀ ਪਰਫਾਰਮੈਂਸ ਦੇ ਬਾਰੇ ਪੰਜਾਬ ਪੁਲਿਸ ਕਿਵੇਂ ਕੰਮ ਕਰਦੀ ਹੈ ਕਿਵੇਂ ਲੋਕਾਂ ਦੇ ਵਿੱਚ ਵਿਚਰਦੀ ਹੈ ਕੀ ਅਸਲੀਅਤ ਹੈ ਪੰਜਾਬ ਪੁਲਿਸ ਦਾ ਢਿੱਡ ਨੰਗਾ ਹੋਇਆ ਇੱਕ ਕੌਮੀ ਸਰਵੇ ਦੇ ਵਿੱਚ ਪੰਜਾਬ ਪੁਲਿਸ ਤੇ ਆਮ ਲੋਕਾਂ ਦਾ ਹਿਰਖ ਉਂਝ ਵੀ ਮੱਠਾ ਨਹੀਂ ਪੈ ਰਿਹਾ ਪਵੇ ਵੀ ਕਿਵੇਂ ਹਾਲੇ ਵੀ ਨਿਤ ਦਿਨ ਆ ਰਹੀਆਂ ਨੇ ਪੰਜਾਬ ਪੁਲਿਸ ਦੀਆਂ ਜ਼ਿਆਦਤੀਆਂ ਦੀਆਂ ਸ਼ਿਕਾਇਤਾਂ ਪੁਲਿਸ ਦਾ ਡੰਡਾ ਲੋਕਾਂ ਨੂੰ ਡਰਾਉਂਦਾ ਹੀ ਰਹਿੰਦਾ ਹੈ ਗਰੀਬੜੇ ਲੋਕ ਤਾਂ ਹਾਲੇ ਵੀ ਖਾਕੀ ਵਰਦੀ ਵਾਲਾ ਵਰਦੀ ਵਾਲੇ ਨੂੰ ਵੇਖ ਕੇ ਰਾਹ ਬਦਲ ਲੈਂਦੇ ਨੇ ਦੇਸ਼ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਦੀ ਕਾਉਂਸਲਿੰਗ ਕਰਨ ਦੀ ਨਸੀਹਤ ਦਿੰਦਿਆਂ ਕਹਿ ਦਿੱਤਾ ਸੀ ਕਿ ਇਹਨਾਂ ਨੂੰ ਸਮਝਾਇਆ ਜਾਵੇ ਕਿ ਮੁਲਜ਼ਮ ਵੀ ਮਨੁੱਖ ਹੁੰਦੇ ਨੇ ਕੈਦੀ ਹੁੰਦੇ ਨੇ ਜਿਹੜੇ ਉਹਨਾਂ ਦੇ ਵੀ ਹਿਊਮਨ ਰਾਈਟਸ ਹੁੰਦੇ ਨੇ ਹਰ ਇਨਸਾਨ ਦੇ ਮਨੁੱਖੀ ਅਧਿਕਾਰ ਹੁੰਦੇ ਨੇ ਮੁਲਜ਼ਮਾਂ ਦੇ ਨਾਲ ਵੀ ਮਨੁੱਖਾਂ ਵਾਲਾ ਵਿਵਹਾਰ ਹੋਣਾ ਚਾਹੀਦਾ ਹੈ ਇਹ ਸਮਝਾਓ ਪੰਜਾਬ ਪੁਲਿਸ ਨੂੰ ਪਰ ਕਾਉਂਸਲਿੰਗ ਪੰਜਾਬ ਪੁਲਿਸ ਦੀ ਹੋਈ ਹੈ ਜਾਂ ਨਹੀਂ ਹੋਈ ਇਸ ਬਾਰੇ ਜਿਹੜਾ ਹੈਗਾ ਤੁਸੀਂ ਵੀ ਜਾਣਦੇ ਹੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਪੰਜਾ ਪੁਲਿਸ ਨੂੰ ਦਿੱਤੀਆਂ ਨਸੀਤਾਂ ਵੀ ਰੰਗ ਨਹੀਂ ਲਿਆ ਸਕੀਆਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਨੂੰ ਨਸੀਤਾਂ ਤਾਂ ਦੇ ਰਹੇ ਨੇ ਪਰ ਇਹਨਾਂ ਦੇ ਵਿੱਚੋਂ ਕਈ ਤਾਂ ਆਪ ਹੀ ਅਦਾਲਤਾਂ ਦੇ ਗੇੜੇ ਲਾ ਰਹੇ ਨੇ ਗੱਲ ਪੰਜਾਬ ਰਾਜ ਮਨੁੱਖੀ ਕਮਿਸ਼ਨ ਦੀ ਕਰੀਏ ਤਾਂ 67% ਸ਼ਿਕਾਇਤਾਂ ਪੁਲਿਸ ਦੇ ਖਿਲਾਫ ਆ ਰਹੀਆਂ ਨੇ ਮਹਿਲਾ ਕਮਿਸ਼ਨ ਦੀ ਗੱਲ ਕਰੀਏ 59 ਅਨਸੂਚਿਤ ਜਾਤੀ ਕਮਿਸ਼ਨ ਦੀ ਗੱਲ ਕਰੀਏ ਹਰ ਪਾਸੇ ਪੁਲਿਸ ਦੇ ਖਿਲਾਫ ਸ਼ਿਕਾਇਤਾਂ ਦੇ ਥੱਬੇ ਲੱਗੇ ਪਏ ਨੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚੀਆਂ 358 ਸ਼ਿਕਾਇਤਾਂ ਦੇ ਵਿੱਚੋਂ 165587 ਪੁਲਿਸ ਦੇ ਖਿਲਾਫ ਨੇ ਚਾਲੂ ਸਾਲ ਦੇ ਵਿੱਚ ਕਮਿਸ਼ਨ ਦੇ ਕੋਲ ਜਿੰਨੀਆਂ ਸ਼ਿਕਾਇਤਾਂ ਪਹੁੰਚੀਆਂ ਨੇ ਉਸ ਤੋਂ ਦੁੱਗਣੀ ਗਿਣਤੀ ਪੰਜਾਬ ਪੁਲਿਸ ਦੀਆਂ ਜ਼ਿਆਦਤੀਆਂ ਦਾ ਦੁਖੜਾ ਰੋਂਦੀ ਹੈ ਹੁਣ ਇੰਡੀਅਨ ਪੁਲਿਸ ਫਾਊਂਡੇਸ਼ਨ ਦੇ ਸਮਾਰਟ ਪੁਲਿਸ ਸਰਵੇ ਨੇ ਪੰਜਾਬ ਪੁਲਿਸ ਦੇ ਚਿਹਰੇ ਤੋਂ ਫ੍ਰੈਂਡਲੀ ਤੇ ਹੈਲਪਫੁਲ ਹੋਣ ਦੇ ਦਾਅਵੇ ਦਾ ਬੁਰਕਾ ਚੱਕ ਦਿੱਤਾ ਹੈ ਫਾਊਂਡੇਸ਼ਨ ਦੇ ਤਾਜ਼ਾ ਸਰਵੇ ਦੇ ਵਿੱਚ ਪੰਜਾਬ ਦੇ ਲੋਕ ਨਾ ਪੁਲਿਸ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹੈ ਇਸ ਸੰਤੁਸ਼ਟ ਨੇ ਤੇ ਨਾ ਹੀ ਇਹਨਾਂ ਦਾ ਪੁਲਿਸ ਦੇ ਵਿੱਚ ਕੋਈ ਭਰੋਸਾ ਬਣ ਸਕਿਆ ਸਰਵੇ ਦੇ ਵਿੱਚ ਸ਼ਾਮਲ 29 ਸੂਬਿਆਂ ਦੇ ਵਿੱਚੋਂ ਪੰਜਾਬ ਪੁਲਿਸ 25ਵੇਂ ਥਾਂ ਤੇ ਅਟਕ ਗਈ ਹੈ ਸੰਵੇਦਨਸ਼ੀਲ ਤੇ ਤਕਨੀਕ ਦੇ ਪੱਖੋਂ ਪੰਜਾਬ ਪੁਲਿਸ ਹਰਿਆਣਾ ਤੋਂ ਵੀ ਦੋ ਅੰਕਾਂ ਦੇ ਨਾਲ ਪਛੜ ਗਈ ਹੈ ਸਰਵੇ ਦੇ ਵਿੱਚ ਸੂਬਿਆਂ ਦੀ ਪੁਲਿਸ ਵਿਵਸਥਾ ਨੂੰ ਲੈ ਕੇ ਓਵਰਆਲ ਇੰਡੈਕਸ ਦੇ ਇਲਾਵਾ 10 ਵੱਖ-ਵੱਖ ਵਰਗਾਂ ਦੇ ਵਿੱਚ ਵੰਡ ਕੇ ਚੀਰ-ਫਾੜ ਕੀਤੀ ਗਈ ਸੀ ਓਵਰਆਲ ਕੈਟਾਗਰੀ ਦੇ 스마트 ਪੁਲਿਸ ਇੰਡੈਕਸ ਦੇ ਵਿੱਚ ਆਂਧਰਾ ਪ੍ਰਦੇਸ਼ 8.11 ਅੰਕ ਲੈ ਕੇ ਪਹਿਲੇ ਨੰਬਰ ਤੇ ਰਿਹਾ ਹੈ ਉਥੇ ਹੀ ਪੰਜਾਬ ਪੁਲਿਸ ਦੇ ਹਿੱਸੇ ਸਿਰਫ 1.6 ਅੰਕ ਆਏ ਨੇ 25ਵੇਂ ਥਾਂ ਤੇ ਸਬਰ ਕਰਨਾ ਪਿਆ। ਗੁਆਂਢੀ ਸੂਬੇ ਹਰਿਆਣਾ ਦੀ ਪੁਲਿਸ ਨੂੰ 6.39 ਅੰਕ ਮਿਲੇ ਨੇ 18ਵੇਂ ਥਾਂ ਤੇ ਰਹੀ ਹੈ। ਬਿਹਾਰ ਪੁਲਿਸ ਦਾ ਸਭ ਤੋਂ ਮਾੜਾ ਹਾਲ ਹੈ। ਲੋਕਾਂ ਦਾ ਵਿਸ਼ਵਾਸ ਜਿੱਤਣ ਦੇ ਵਿੱਚ 6 ਤੋਂ ਵੀ ਘੱਟ ਅੰਕ ਮਿਲੇ ਨੇ। ਉੱਤਰ ਪ੍ਰਦੇਸ਼ ਪੁਲਿਸ ਦਾ ਉਦੋਂ ਵੀ ਬੁਰਾ ਹਾਲ ਹੈ ਤੇ ਉਹਨਾਂ ਨੂੰ 26 ਤੋਂ ਘੱਟ ਅੰਕ ਮਿਲੇ ਨੇ ਤੇ ਬਿਹਾਰ ਤੋਂ ਵੀ ਠੱਲੇ ਅੰਕ ਮਿਲੇ ਨੇ। ਆਂਧਰਾ ਪ੍ਰਦੇਸ਼ ਦੀ ਪੁਲਿਸ ਨੰਬਰ 1 ਤੇ ਰਹੀ ਹੈ ਉਸ ਤੋਂ ਬਾਅਦ ਤੇਲੰਗਾਨਾ ਅਸਾਮ ਕੇਰਲਾ ਤੇ ਗੁਜਰਾਤ ਦੇ ਲੋਕ ਆਪਣੇ ਸੂਬੇ ਦੀ ਪੁਲਿਸ ਤੋਂ ਸੰਤੁਸ਼ਟ ਨੇ ਸਭ ਤੋਂ ਘੱਟ ਅੰਕ ਲੈਣ ਵਾਲਿਆਂ ਵਿੱਚ ਬਿਹਾਰ ਤੇ ਯੂਪੀ ਤੋਂ ਬਿਨਾਂ ਨਾਗਾਲੈਂਡ ਤੇ ਝਾਰਖੰਡ ਦਾ ਨਾਮ ਵੀ ਆਇਆ ਹੈ ਲੋਕਾਂ ਦੀ ਮਦਦ ਕਰਨ ਦੇ ਵਿੱਚ ਵੀ ਆਂਧਰਾ ਪ੍ਰਦੇਸ਼ ਪੁਲਿਸ ਸਭ ਤੋਂ ਮੋਰੀ ਹੈ ਇਸ ਵਰਗ ਦੇ ਵਿੱਚ ਤੇਲੰਗਾਨਾ ਅਸਮ ਸਿੱਕਮ ਤੇ ਕੇਰਲਾ ਨੂੰ ਰੱਖਿਆ ਗਿਆ ਤੇ ਸਭ ਤੋਂ ਖਰਾਬ ਸਥਿਤੀ ਲੋਕਾਂ ਦੀ ਮਦਦ ਕਰਨ ਦੇ ਵਿੱਚ ਯੂਪੀ ਪੰਜਾਬ ਬਿਹਾਰ ਛੱਤੀਸਗੜ ਤੇ ਨਾਗਾਲੈਂਡ ਦੀ ਹੈ ਯਾਨੀ ਕਿ ਪੰਜਾਬ ਦੀ ਪੁਲਿਸ ਵੀ ਲੋਕਾਂ ਦੀ ਮਦਦ ਕਰਨ ਦੇ ਵਿੱਚ ਬਹੁਤ ਪਛੜੀ ਹੋਈ ਹੈ ਸਰਵੇ ਦੇ ਵਿੱਚ ਦੇਸ਼ ਭਰ ਦੇ 1,66,000 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਗਿਣਤੀ ਬਹੁਤ ਛੋਟੀ ਹੈ ਪਰ ਹਰ ਜਦੋਂ ਵੀ ਕੋਈ ਸਰਵੇ ਕਰਨਾ ਹੁੰਦਾ ਤਾਂ ਲੋਕਾਂ ਦਾ ਵੱਖ-ਵੱਖ ਵਰਗਾਂ ਦੇ ਲੋਕਾਂ ਦਾ ਇੱਕ ਹਿੱਸਾ ਜਿਹੜਾ ਉਹ ਲਿਆ ਜਾਂਦਾ ਹੈ ਉਹਦੇ ਆਧਾਰ ਤੇ ਸਰਵੇ ਦੇ ਜਿਹੜੇ ਅੰਕੜੇ ਨੇ ਉਹ ਸਾਹਮਣੇ ਆਉਂਦੇ ਨੇ ਤੇ ਇਹ ਇੱਕ ਅੰਦਾਜ਼ਾ ਹੁੰਦਾ ਹੈ ਸਰਵੇ ਆਨਲਾਈਨ ਵੀ ਕੀਤਾ ਗਿਆ ਆਫਲਾਈਨ ਵੀ ਕੀਤਾ ਗਿਆ ਸਰਵੇ ਦੇ ਵਿੱਚ ਪ੍ਰਸ਼ਨਵਲੀ ਦੇ 10 ਸੈੱਟ ਰੱਖੇਗੇ ਜਿਨ੍ਹਾਂ ਦੇ ਵਿੱਚ ਪੁਲਿਸ ਦੀ ਸੰਵੇਦਨਸ਼ੀਲਤਾ ਪੁਲਿਸ ਦੀ ਪਹੁੰਚ ਪੁਲਿਸ ਦੀ ਜਵਾਬਦੇਹੀ ਅਤੇ ਪੁਲਿਸ ਦੀ ਤਕਨੀਕ ਬਾਰੇ ਪੁੱਛਿਆ ਗਿਆ ਇਹ ਵੀ ਪੁੱਛਿਆ ਗਿਆ ਕਿ ਪੁਲਿਸ ਲੋਕਾਂ ਦੇ ਨਾਲ ਕਿਵੇਂ ਪੇਸ਼ ਆਉਂਦੀ ਹੈ ਕਿਵੇਂ ਵਿਵਹਾਰ ਕਰਦੀ ਹੈ ਤੇ ਲੋਕਾਂ ਦਾ ਕਿੰਨਾ ਕੁ ਵਿਸ਼ਵਾਸ ਜਿੱਤ ਚੁੱਕੀ ਹੈ ਸੋ ਸਰਵੇ ਦੇ ਆਧਾਰ ਤੇ ਪਹਿਲਾ ਨੰਬਰ ਆਂਧਰਾ ਪ੍ਰਦੇਸ਼ ਤੇ ਪੰਜਾਬ ਪਿੱਛੇ ਚੌਥੇ ਥਾਂ ਤੇ ਲੱਗਿਆ ਅਜਿਹੇ ਸਰਵੇ ਕਰਵਾਉਣ ਦਾ ਮਤਲਬ ਜਿੱਥੇ ਕਿਸੇ ਵਿਭਾਗ ਦੀ ਸਹੀ ਤਸਵੀਰ ਪੇਸ਼ ਕਰਨਾ ਹੁੰਦਾ ਹੈ ਉੱਥੇ ਇਹ ਵੀ ਇਸ਼ਾਰਾ ਕਰਨਾ ਹੁੰਦਾ ਹੈ ਕਿ ਕਿਸ ਪੱਧਰ ਦੇ ਸੁਧਾਰ ਦੀ ਲੋੜ ਜਾਂ ਫਿਰ ਗੁੰਜਾਇਸ਼ ਹੈ ਪੰਜਾਬ ਪੁਲਿਸ ਨੂੰ ਸਮੇਂ-ਸਮੇਂ ਤੇ ਹਲੂਣਾ ਤਾਂ ਦਿੱਤਾ ਜਾਂਦਾ ਰਹੇ ਪਰ ਹਾਲੇ ਤੱਕ ਸੁਧਰੀ ਤਸਵੀਰ ਸਾਹਮਣੇ ਨਹੀਂ ਆ ਰਹੀ ਤੇ ਸੁਧਰੀ ਤਸਵੀਰ ਸਾਹਮਣੇ ਆਉਣ ਦੇ ਵਿੱਚ ਪਤਾ ਨਹੀਂ ਕਿੰਨੇ ਸਾਲ ਲੱਗ ਜਾਣਗੇ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਸਰਵੇ ਪੰਜਾਬ ਸਰਕਾਰ ਸਮੇਤ ਪੰਜਾਬ ਪੁਲਿਸ ਦੇ ਮੁਖੀ ਦੀਆਂ ਅੱਖਾਂ ਜ਼ਰੂਰ ਖੋਲੇਗਾ ਤੇ ਇਹ ਤੇ ਕੋਈ ਨਾ ਕੋਈ ਕੰਮ ਹੈ ਜਿਹੜਾ ਉਹ ਜ਼ਰੂਰ ਹੋਵੇਗਾ ਪੰਜਾਬ ਪੁਲਿਸ ਨੂੰ ਵੀ ਇਹ ਸਮਝ ਜਾਵੇ ਕਿ ਪੁਲਿਸ ਲੋਕਾਂ ਦੀ ਸੇਵਾ ਲਈ ਹੁੰਦੀ ਹੈ ਲੋਕਾਂ ਦੀ ਸਹਾਇਤਾ ਲਈ ਹੁੰਦੀ ਹੈ ਆਮ ਤੌਰ ਤੇ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਦੇਖੀਦਾ ਹੈ ਉੱਥੋਂ ਦੀ ਪੁਲਿਸ ਹੈ ਜਿਹੜੀ ਉਹਦੇ ਨਾਲ ਲੋਕ ਇੰਨੇ ਕੁ ਫ੍ਰੈਂਡਲੀ ਹੁੰਦੇ ਨੇ ਪੁਲਿਸ ਕਿਸੇ ਤੇ ਕੋਈ ਰੋਬ ਦਾਬ ਨਹੀਂ ਝਾੜਦੀ ਹੁੰਦੀ ਪੁਲਿਸ ਲੋਕਾਂ ਦੀ ਅਸਲ ਦੇ ਵਿੱਚ ਉੱਥੇ ਮਦਦ ਕਰਦੀ ਹੁੰਦੀ ਹੈ ਤੇ ਇਹ ਮਦਦ ਕਰਨ ਵਾਲੀ ਪੁਲਿਸ ਅਸੀਂ ਕਦੋਂ ਦੇਖਾਂਗੇ ਇਹ ਸ਼ਾਇਦ ਹਲੇ ਸੁਪਨਾਈ ਹੈ ਧੰਨਵਾਦ